ਏ ਸਟੂਡੈਂਟਸ ਵੈਲਕਮ ਅਗੇਨ ਅੱਜ ਦਾ ਆਪਣਾ ਟਾਪਿਕ ਹੈ ਸਹਾਇਕ ਸਾਧਨਾਂ ਦਾ ਵਰਗੀਕਰਨ ਜਾਂ ਕਿਸਮਾਂ ਅਸੀਂ ਇਹਨੂੰ ਤਿੰਨ ਤਰ੍ਹਾਂ ਦੀਆਂ ਕਿਸਮਾਂ ਕਹ ਲਓ ਜਾਂ ਤਿੰਨ ਤਰ੍ਹਾਂ ਨਾਲ ਨੂੰ ਵਰਗੀਕਰਨ ਕਰ ਸਕਦੇ ਹਾਂ ਪਹਿਲੇ ਹੈਗੇ ਨੇ ਸੁਣਨ ਯੋਗ ਸਾਧਨ ਦੂਸਰੇ ਦੇਖਣ ਯੋਗ ਤੀਸਰੇ ਹੈਗੇ ਨੇ ਸੁਣ ਅਤੇ ਦੇਖਣ ਯੋਗ ਸਾਧਨ ਹੁਣ ਜਿਹੜੇ ਸੁਣਨ ਯੋਗ ਸਾਧਨ ਨੇ ਇਹਨਾਂ ਦੇ ਵਿੱਚ ਟੇਪ ਰਿਕਾਰਡਰ ਰੇਡੀਓ ਗਰਾਮਾਫੋਨ ਤੇ ਸਲਾਈਡ ਪ੍ਰੋਜੈਕਟਰ ਵਗੈਰਾ ਆਉਂਦੇ ਨੇ ਤੇ ਜਿਹੜੇ ਸਿਰਫ ਜਿਨ੍ਹਾਂ ਨੂੰ ਦੇਖ ਸਕਦੇ ਆ ਉਹਨਾਂ ਦੇ ਵਿੱਚ ਚਾਰਟ ਮਾਡਲ ਜਿਹੜਾ ਸਾਡਾ ਬਲੈਕਬੋਰਡ ਹੁੰਦਾ ਹੈ ਚਿੱਤਰ ਪਾਠ ਪੁਸਤਕ ਰੇਖਾ ਚਿੱਤਰ ਤੇ ਜਿਨ੍ਹਾਂ ਨੂੰ ਅਸੀਂ ਸੁਣ ਸਕਦੇ ਹਾਂ ਤੇ ਦੇਖ ਸਕਦੇ ਹਾਂ ਇਹਨਾਂ ਵਿੱਚ ਟੈਲੀਵਿਜ਼ਨ ਸਿਨੇਮਾ ਫਿਲਮਾਂ ਨਾਟਕੀਕਰਨ ਤੇ ਵੀ ਸੀ ਆਰ ਵਗੈਰਾ ਸ਼ਾਮਿਲ ਹੁੰਦੇ ਨੇ ਨੈਕਸਟ ਇਹਦੇ ਵਿੱਚ ਹੈ ਵੀ ਜਿਹੜੇ ਸੁਣਨ ਤੇ ਦੇਖਣ ਯੋਗ ਸਾਧਨ ਨੇ ਉਹਨਾਂ ਨੂੰ ਅਸੀਂ ਅੱਗੇ ਹੋਰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਪਹਿਲੇ ਹੈਗੇ ਨੇ ਗੈਰ ਪ੍ਰਦਰਸ਼ਨੀ ਸਾਧਨ ਦੂਸਰੇ ਹੈਗੇ ਨੇ ਪ੍ਰਦਰਸ਼ਨੀ ਸਾਧਨ ਹੁਣ ਗੈਰ ਪ੍ਰਦਰਸ਼ਨੀ ਸਾਧਨ ਉਹ ਸਾਧਨ ਜਿਹੜੇ ਕਿ ਸਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਅਸੀਂ ਮਾਡਲ ਚਾਰਟ ਗ੍ਰਾਫ ਜਾਂ ਚਿੱਤਰ ਦੇਖ ਰਹੇ ਹਾਂ ਨੈਕਸਟ ਜਿਹੜੇ ਹੈਗੇ ਨੇ ਪ੍ਰਦਰਸ਼ਨੀ ਸਾਧਨ ਇਹ ਉਹ ਸਾਧਨ ਜਾਂ ਜੰਤਰ ਹੁੰਦੇ ਨੇ ਜਿਨ੍ਹਾਂ ਦਾ ਪ੍ਰਯੋਗ ਜਾਂ ਜਿਨ੍ਹਾਂ ਦੇ ਵਰਤੋਂ ਕਿਸੇ ਵਸਤੂ ਜਾਂ ਪ੍ਰਕਿਰਿਆ ਨੂੰ ਪਰਦੇ ਦੇ ਉੱਪਰ ਚਿੱਤਰਾਂ ਦੇ ਰੂਪ ਦੇ ਵਿੱਚ ਵਿਖਾਉਣ ਦੇ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਕੋਈ ਪ੍ਰਯੋਗਸ਼ਾਲਾ ਹੋਗੀ ਅਜਾਇਬ ਘਰ ਨੇ ਮੇਲੇ ਤੇ ਪ੍ਰਦਰਸ਼ਨੀਆਂ ਵਗੈਰਾ ਫਿਰ ਤਕਨੀਕ ਦੇ ਆਧਾਰ ਤੇ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਪਹਿਲਾ ਹੈ ਹਾਰਡਵੇਅਰ ਦੂਸਰਾ ਹੈ ਸੌਫਟਵੇਅਰ ਹਾਰਡਵੇਅਰ ਦੇ ਵਿੱਚ ਐਪੀ ਡਾਇਸਕੋਪ ਫਿਲਮ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਓਵਰਹੈਡ ਪ੍ਰੋਜੈਕਟਰ ਟੈਲੀਵਿਜ਼ਨ ਰੇਡੀਓ ਟੇਪ ਰੀਕੋਰਡਰ ਸਿਨੇਮਾ ਕੰਪਿਊਟਰ ਤੇ ਜਿਹੜੀ ਟੀਚਿੰਗ ਮਸ਼ੀਨ ਆ ਉਹਦੇ ਵਿੱਚ ਸ਼ਾਮਿਲ ਨੇ ਹੁਣ ਸੌਫਟਵੇਅਰ ਦੇ ਵਿੱਚ ਸਲਾਈਡਸ ਹੋਗੀਆਂ ਫਿਲਮ ਪੱਟੀਆਂ ਨੇ ਚਿੱਤਰ ਚਾਰਟ ਮਾਡਲ ਤੇ ਗ੍ਰਾਫ ਵਗੈਰਾ ਇਹਦੇ ਵਿੱਚ ਹੈ ਸ਼ਾਮਿਲ ਨੇ ਡੀ ਸਟੂਡੈਂਟਸ ਇਹ ਤੁਹਾਡਾ ਜਿਹੜਾ ਟਾਪਿਕ ਹੈ ਸ਼ਾਰਟ ਨੋਟ ਦੇ ਲਈ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਸਿਰਫ ਇਹੀ ਦੱਸਣਾ ਵੀ ਵਰਗੀਕਰਨ ਜਾਂ ਕਿਸਮਾਂ ਕਿਹੜੀਆਂ ਕਿਹੜੀਆਂ ਨੇ ਤੁਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਨਹੀਂ ਲਿਖਣਾ ਤੁਸੀਂ ਇਹ ਲਿਖ ਸਕਦੇ ਹੋ ਨਾਲ ਵੀ ਸੁਣਨ ਯੋਗ ਸਾਧਨ ਕਿਹੜੇ ਹੁੰਦੇ ਨੇ ਦੇਖਣ ਯੋਗ ਕਿਹੜੇ ਨੇ ਤੇ ਸੁਣਨ ਯੋਗ ਤੇ ਦੇਖਣ ਯੋਗ ਕਿਹੜੇ ਸਾਧਨ ਨੇ ਤੇ ਨਾਲ ਨਾਲ ਤੁਸੀਂ ਜਿਸ ਤਰ੍ਹਾਂ ਮੈਂ ਐਗਜ਼ਾਮਪਲਸ ਲਿਖੀਆਂ ਇਹਨਾਂ ਨੂੰ ਤੁਸੀਂ ਲਿਖ ਸਕਦੇ ਹੋ ਥੈਂਕਸ ਫਾਰ ਵਾਚਿੰਗ